ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਸ਼ਬਦਾਂ ਦੀ ਦੁਨੀਆ ਪ੍ਰੇਮ ਰਤੜਾ ਤੇ ਮੈਂ ਹਾਂ ਪ੍ਰੇਮ ਸਿੰਘ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਫ੍ਰੀ ਸ਼ਿਪ ਕਾਰਡ ਅਪਲਾਈ ਕਰਦੇ ਸਮੇਂ ਕੁਝ ਪ੍ਰੋਬਲਮ ਆ ਰਹੀਆਂ ਹਨ ਜਿੰਨਾ ਸੰਬੰਧੀ ਮੈਂ ਜਾਣਕਾਰੀ ਦਵਾਂਗਾ ਨੰਬਰ 1 ਤੇ ਹੈ ਕਿ ਕਈ ਸਟੂਡੈਂਟਸ ਵੱਲੋਂ ਡਾਟਾ ਫਿਲ ਕਰਦੇ ਸਮੇਂ ਆਪਣੀ ਕਲਾਸ ਗਲਤ ਸਿਲੈਕਟ ਕਰਵਾ ਦਿੱਤੀ ਜਾਂਦੀ ਹੈ ਕਮੈਂਡ ਗਲਤ ਅਪਲੋਡ ਕਰਵਾਇਆ ਜਾਂਦਾ ਹੈ ਜਾਂ ਹੋਰ ਕੋਈ ਵੀ ਮਿਸਟੇਕ ਜੋ ਸਾਡੇ ਕੋਲੋਂ ਹੋ ਚੁੱਕੀ ਹੈ ਉਸ ਨੂੰ ਕਿਵੇਂ ਅਸੀਂ ਕਰੈਕਟ ਕਰ ਸਕਦੇ ਹਾਂ ਸੋ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਫ੍ਰੀਸ਼ਿਪ ਕਾਰਡ ਲਈ ਅਪਲਾਈ ਕਰ ਦਿੱਤਾ ਹੈ ਤੇ ਤੁਹਾਡੀ ਕੋਈ ਗਲਤੀ ਹੈ ਜਿਸ ਨੂੰ ਤੁਸੀਂ ਕਰੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਕਰੈਕਟ ਨਹੀਂ ਕਰ ਸਕਦੇ ਕਿਉਂਕਿ ਜਿੰਨਾ ਚਿਰ ਤੱਕ ਵੈਲਫੇਅਰ ਡਿਪਾਰਟਮੈਂਟ ਵੱਲੋਂ ਇਸ ਨੂੰ ਰਿਜੈਕਟ ਨਹੀਂ ਕੀਤਾ ਜਾਂਦਾ ਤੁਸੀਂ ਕੋਈ ਵੀ ਚੇਂਜਸ ਨਹੀਂ ਕਰ ਸਕਦੇ ਸੋ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਸੈਕੰਡ ਪ੍ਰੋਬਲਮ ਬਾਰੇ ਗੱਲ ਕਰ ਰਹੇ ਹਾਂ ਕਿ ਫ੍ਰੀਸ਼ਿਪ ਕਾਰਡ ਕਦੋਂ ਤੱਕ ਡਾਊਨਲੋਡ ਹੋਵੇਗਾ ਸੋ ਮੈਂ ਬੱਚੇ ਦਾ ਫ੍ਰੀਸ਼ਿਪ ਕਾਰਡ ਅਪਲਾਈ ਕੀਤਾ ਸੀ ਸੋ ਉਸ ਨੂੰ ਅਸੀਂ ਚੈੱਕ ਕਰਦੇ ਹਾਂ ਕਿ ਫ੍ਰੀਸ਼ਿਪ ਕਾਰਡ ਡਾਊਨਲੋਡ ਹੁੰਦਾ ਹੈ ਜਾਂ ਨਹੀਂ ਸੋ ਯੂਜ਼ਰ ਨੇਮ ਪਾਸਵਰਡ ਤੇ ਕੈਪਚਾ ਕੋਡ ਫਿਲ ਕਰੋ ਤੇ ਲੌਗਇਨ ਤੇ ਕਲਿੱਕ ਕਰੋ ਆਈਡੀ ਓਪਨ ਹੋ ਚੁੱਕੀ ਹੈ ਡਾਊਨਲੋਡ ਫ੍ਰੀਸ਼ਿਪ ਕਾਰਡ ਦੀ ਆਪਸ਼ਨ ਆ ਚੁੱਕੀ ਹੈ ਸੋ ਇਸ ਤੇ ਕਲਿੱਕ ਕਰੋ ਫਰੀਸ਼ਿਪ ਕਾਰਡ ਇਜ਼ ਪੈਂਡਿੰਗ ਫਾਰ ਡਿਜੀਟਲ ਸਿਗਨੇਚਰ ਆਫ ਤਹਿਸੀਲ ਵੈਲਫੇਅਰ ਆਫੀਸਰ ਸੋ ਵੈਲਫੇਅਰ ਡਿਪਾਰਟਮੈਂਟ ਦੇ ਐਂਡ ਤੇ ਸਾਡਾ ਫਰੀਸ਼ਿਪ ਕਾਰਡ ਪੈਂਡਿੰਗ ਹੈ ਦੋਸਤੋ ਤਕਰੀਬਨ 15-20 ਦਿਨ ਹੋ ਚੁੱਕੇ ਹਨ ਇਸ ਨੂੰ ਅਪਲਾਈ ਕੀਤੇ ਆ ਤੇ ਹਜੇ ਤੱਕ ਸਾਡਾ ਫਰੀਸ਼ਿਪ ਕਾਰਡ ਡਾਊਨਲੋਡ ਨਹੀਂ ਹੋ ਰਿਹਾ ਕੁਝ ਦੋਸਤਾਂ ਦਾ ਕਹਿਣਾ ਹੈ ਕਿ ਜਦੋਂ ਲੌਗਇਨ ਕਰਦੇ ਹਨ ਤਾਂ ਉਹਨਾਂ ਦੀ ਆਈਡੀ ਤੇ ਫਰੀਸ਼ਿਪ ਕਾਰਡ ਦੀ ਆਪਸ਼ਨ ਨਹੀਂ ਹੈ ਸੋ ਦੋਸਤੋ ਵੈਬਸਾਈਟ ਦੇ ਹੋਮ ਪੇਜ ਤੇ ਅਸੀਂ ਸਭ ਤੋਂ ਥੱਲੇ ਦੇਖਾਂਗੇ ਫ੍ਰੀਸ਼ਿਪ ਕਾਰਡ ਇਜ਼ ਓਨਲੀ ਫਾਰ ਐਸਸੀ ਸਟੂਡੈਂਟਸ ਐਂਡ ਨੋਟ ਫਾਰ ਓਬੀਸੀ ਤੇ ਇਹ ਅਪਡੇਟ 23 ਸਤੰਬਰ ਦੀ ਹੈ ਸੋ ਜੇਕਰ ਕੋਈ ਓਬੀਸੀ ਜਾਂ ਜਨਰਲ ਬੱਚਾ ਅਪਲਾਈ ਕਰੇਗਾ ਤਾਂ ਉਸ ਦੀ ਆਈਡੀ ਤੇ ਫ੍ਰੀਸ਼ਿਪ ਕਾਰਡ ਦੀ ਆਪਸ਼ਨ ਨਹੀਂ ਦਿਖਾਈ ਦੇਵੇ ਸੋ ਦੋਸਤੋ ਜੇਕਰ ਵੀਡੀਓ ਵਿੱਚ ਲਈ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਸਾਡੇ ਚੈਨਲ ਸ਼ਬਦਾਂ ਦੀ ਦੁਨੀਆ ਪ੍ਰੇਮ ਰਤੜਾ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਫ੍ਰੀਸ਼ਿਪ ਕਾਰਡ ਡਾਊਨਲੋਡ ਹੋਣ ਉਪਰੰਤ ਅਗਲੀ ਵੀਡੀਓ ਮੈਂ ਲੈ ਕੇ ਆਵਾਂਗਾ たのは。